ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂਆਂ ਦੇ ਅੱਜ ਪ੍ਰਿਆਸ ਕਲੱਬ ਵੱਲੋਂ ਗਲਾਂ ਦੇ ਵਿੱਚ ਰਿਫਲੈਕਟਰ ਵਾਲੇ ਪੱਟੇ ਪਾਏ ਗਏ। ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਲਾਲ ਸਿੰਘ ਸੋਨੀ ਨੇ ਦੱਸਿਆ ਕਿ ਦਿਨੋਂ ਦਿਨ ਆਵਾਰਾ ਪਸ਼ੂਆਂ ਦੀ ਆਮਦ ਸਿੱਧੂਗੜ੍ਹ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੋ ਗਈ ਹੈ। ਇਹਨਾਂ ਨੂੰ ਰੋਕਣਾ ਤਾਂ ਸਾਡੇ ਬੱਸ ਦਾ ਕੰਮ ਨਹੀਂ, ਗੱਲ ਕਰ ਇਹਨਾਂ ਦੇ ਗਲਾਂ ਦੇ ਵਿੱਚ ਰਿਫਲੈਕਟਰ ਵਾਲੇ ਪੱਟੇ ਪਾਏ ਗਏ ਹਨ, ਜਿਸ ਨਾਲ ਰਾਤ ਨੂੰ ਸੜਕ ਉੱਪਰ ਬੈਠੇ ਇਹ ਦੂਰੋਂ ਦਿਖਾਈ ਦੇਣਗੇ ਅਤੇ ਐਕਸੀਡੈਂਟਾਂ ਤੋਂ ਬਚਿਆ ਜਾ ਸਕੇਗਾ। ਬਸ ਫੜ ਕੇ ਰੱਖ, ਅਸੀਂ ਅੱਜ ਪ੍ਰਿਆਸ ਚੈਰੀ ਟਰੱਸਟ ਵੱਲੋਂ ਜਿਹੜੇ ਆਵਾਰਾ ਢੱਠੇ ਫਿਰਦੇ ਨੇ ਗਊਸ਼ਾਲਾ ਕੋਲੇ ਜਾਂ ਵੀ ਰੋਡ 'ਤੇ, ਅਸੀਂ ਅੱਜ ਉਹਨਾਂ ਦੇ ਗਲਾਂ 'ਚ ਪੱਟੇ ਪਾ ਰਹੇ ਹਾਂ, ਕਿਉਂਕਿ ਰਾਤ ਨੂੰ ਜਿਹੜੇ ਐਕਸੀਡੈਂਟ ਹੁੰਦੇ ਨੇਗੇ ਵਿਚਾਲੇ ਬੈਠੇ ਹੁੰਦੇ ਨੇਗੇ, ਜਿਹੜੇ ਇਹ ਪੱਟੇ ਆ ਚਮਕਣਦਾਰ ਨੇ, ਰਾਤ ਨੂੰ ਬੈਠਿਆਂ ਦੇ ਚਮਕਦੇ ਨੇ ਕਿ ਕੋਈ ਦੁਰਘਟਨਾ ਨਾ ਵਾਪਰ ਸਕੇ। ਟਰੱਸਟ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਕਿ ਜੋ ਆਵਾਰਾ ਪਸ਼ੂ ਬਾਜ਼ਾਰ ਦੇ ਵਿੱਚ ਫਿਰਦੇ ਨੇ, ਨਿੱਤ ਦੁਰਘਟਨਾਵਾਂ ਹੁੰਦੀਆਂ ਨੇ, ਅਸੀਂ ਢੱਠੇ ਰੋਕ ਤਾਂ ਨਹੀਂ ਸਕਦੇ। ਗੱਲ ਕਰ ਇੱਕ ਇਹਨਾਂ ਦੇ ਗਲਾਂ ਦੇ ਵਿੱਚ ਚਮਕਦਾਰ ਪੱਟੇ ਪਾ ਕੇ ਅਸੀਂ ਇਹ ਇਸ ਚੀਜ਼ ਨੂੰ ਜ਼ਰੂਰ ਕੰਟਰੋਲ ਕਰ ਸਕਦੇ ਹਾਂ ਕਿ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਨੇ ਕਿ ਸੜਕਾਂ ਦੇ ਵਿਚਾਲੇ ਢੱਠੇ ਬਹਿੰਦੇ ਆ, ਹਨੇਰੇ ਦੇ ਦੌਰਾਨ ਪਤਾ ਨਹੀਂ ਲੱਗਦਾ, ਸਾਧਨ ਵਿੱਚ ਟਕਰਾ ਜਾਂਦੇ ਨੇ, ਮੌਤ ਹੋ ਜਾਂਦੀ ਹੈ। ਸੋ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਕਿ ਜਿਹੜੇ ਪਸ਼ੂ ਨੇ ਰਾਤ ਨੂੰ ਸੜਕਾਂ ਦੇ ਵਿਚਾਲੇ ਵੀ ਬੈਠਣਾ ਤਾਂ ਉਹਨਾਂ ਦੇ ਗਲਾਂ ਦੇ ਵਿੱਚ ਇੱਕ ਚਮਕਦਾਰ ਪੱਟੇ ਪ੍ਰਿਆਸ ਟਰੱਸਟ ਵੱਲੋਂ ਪਾਏ ਜਾ ਰਹੇ ਨੇ ਤਾਂ ਕਿ ਜਿਹੜਾ ਦੂਰੋਂ ਹੀ ਉਹ ਸ਼ਾਈਨਿੰਗ ਦੇਣ ਅਤੇ ਲੋਕ ਉਸ ਤੋਂ ਚੌਕਸ ਰਹਿਣ। ਅਤੇ ਛੋਟਾ ਜਿਹਾ ਇੱਕ ਉਪਰਾਲਾ ਕਰ ਰਹੇ ਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ।